ਬੇਸ਼ੱਕ ਪੂਰੀ ਦੁਨੀਆ ਦੇ ਵਿੱਚ ਈਦ ਉਲ ਜ਼ੁਹਾ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ, ਪਰ ਭਾਰਤ ਪਾਕਿਸਤਾਨ ਸਰਹੱਦ ਉੱਪਰ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਭਾਰਤੀ ਰੇਂਜਰਸ ਨੇ ਪਾਕਿਸਤਾਨੀ ਫੌਜੀਆਂ ਨੂੰ ਮਿਠਾਈਆਂ ਭੇਟ ਕਰਕੇ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਅਧਿਕਾਰੀਆਂ ਨੇ ਕਿਹਾ ਕਿ ਹਰ ਵਾਰ ਹਰ ਤਿਉਹਾਰ ਦੇ ਮੌਕੇ ਮਿਠਾਈਆਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਮਿਠਾਈ ਐਸੇ ਰਿਲੇਸ਼ਨ ਕੇ ਲਈ ਦੋਨੋਂ ਦੇਸ਼ੋਂ ਕੇ ਬੀਚ ਮੇਂ ਮਿਠਾਸ ਬਣੀ ਰਹੇ। ਮਿਠਾਈ ਤੋ ਹਰ ਜਗ੍ਹਾ ਹਮ ਕਿਸੀ ਕੋ ਵੀ ਇਸੀ ਲਈ ਦੇਤੇ ਹੈ ਕਿ ਸੰਬੰਧ ਮਧੁਰ ਬਣੇ ਰਹੇ। यही उद्देश्य होता है, यही प्रपोज होता है। और ये एक 15 अगस्त और सभी जरूरी नहीं, बाकी हम जो त्यौहार सेलिब्रेट करते हैं होली दिवाली, उसके ऊपर भी मिठाइयाँ एक्सचेंज होती हैं।